ਤੁਸੀਂ ਇਹ ਨਹੀਂ ਵੇਖਣਾ ਕਿ ਪ੍ਰਚਾਰਕ ਪ੍ਰਚਾਰ ਕੀ ਕਰਦਾ ਹੈ। ਜੇ ਗਹਿਰੇ ਤਲ ਤੇ ਚੈੱਕ ਕਰਨਾ ਹੈ ਨਾ ਤੇ ਆਪਣੇ ਹੁੰਗਾਰੇ ਚੈੱਕ ਕਰਿਓ ਜਿਹੜੇ ਇਸ ਵੇਲੇ ਅੰਦਰ ਹੋਣੇ ਨੇ। ਸਾਡੀ ਸਾਰੀ ਜ਼ਿੰਦਗੀ ਸਾਡਾ ਸਾਰਾ ਜ਼ੋਰ ਇਸ ਗੱਲ ਤੇ ਹੈ ਕਿ ਲੈਕਚਰ ਕੌਣ ਦੇ ਰਿਹਾ, ਕਿਹੜਾ ਕੀ ਸੁਣਾਉਂਦਾ, ਕਿਹੜਾ ਕੀ ਸੁਣਾਉਂਦਾ ਹੈ। ਪਰ ਤੁਸੀਂ ਗੱਲਾਂ ਇਹ ਤੇ ਵੇਖਦੇ ਆ ਵੀ ਆਹ ਸ਼ਬਦ ਆ ਗਿਆ, ਆਹ ਅਰਥ ਆ ਗਏ, ਆਹ ਗੱਲ ਆ ਗਈ, ਆਹ ਗੱਲ ਆ ਗਈ, ਪਰ ਜ਼ਿੰਦਗੀ ਬਦਲਣੀ ਹੈ ਤੁਹਾਡੇ ਹੁੰਗਾਰਿਆਂ ਨੇ। ਹੁੰਗਾਰੇ ਦੇਣ ਦਾ ਮਤਲਬ ਸਿਰ ਹਿਲਾ ਕੇ ਹੁੰਗਾਰਾ ਵੀ ਹੁੰਦਾ, ਪਰ ਕਈ ਵਾਰੀ ਬੰਦੇ ਅੰਦਰੋਂ ਤੇ ਨਹੀਂ ਪਸੰਦ ਕਰਦੇ ਹੁੰਦੇ ਪਰ ਉੱਤੋਂ ਸਿਰ ਹਿਲਾ ਦਿੰਦੇ ਵੀ ਠੀਕ ਹੈ ਗੱਲ, ਅੰਦਰ ਕਹਿੰਦਾ ਨਾ। ਹੁਣ ਆਪਾਂ ਜਦੋਂ ਕਹਿੰਦੇ ਸ਼ਰਾਬ ਪੀਣੀ ਬਹੁਤ ਮਾੜੀ ਹੈ, ਜਿਹੜਾ ਪੀਂਦਾ ਹੁੰਦਾ ਜ਼ਿਆਦਾ ਸਿਰ ਹਿਲਾਉਂਦਾ ਵੀ ਹਾਂ ਬਹੁਤ ਮਾੜੀ ਹੈ, ਪਰ ਪੀਣੀ ਤੇ ਉਹਨੇ ਹੁੰਦੀ ਹੋਈ ਹੈ, ਉਹ ਹਟਦਾ ਤੇ ਹੈ ਨਹੀਂ ਅੰਦਰ, ਤੇ ਉਹਦਾ ਅੰਦਰ ਹੁੰਗਾਰਾ ਕਿਹੜੀ ਗੱਲ ਨੂੰ ਭਰਦਾ, ਉਸ ਗੱਲ ਦੀ ਤੇਰੀ ਜ਼ਿੰਦਗੀ 'ਚ ਕੀਮਤ ਹੈ, ਬਾਕੀ ਸਭ ਫਾਲਤੂ। ਫਾਲਤੂ ਗੱਲ ਨਹੀਂ ਹੈ, ਤੇਰੇ ਲਈ ਫਾਲਤੂ ਹੈ ਜਿਹਨੂੰ ਤੂੰ ਹੁੰਗਾਰਾ ਹੀ ਨਹੀਂ ਦਿੱਤਾ, ਤੇਰੇ ਲਈ ਉਹ ਗੱਲ ਕੀਮਤੀ ਹੈ ਜਿਹਨੂੰ ਤੂੰ ਹੁੰਗਾਰਾ ਦਿੰਦਾ, ਜਿਸ ਨੂੰ ਤੂੰ ਹੁੰਗਾਰਾ ਨਹੀਂ ਦਿੰਦਾ ਤੇਰੇ ਵਾਸਤੇ ਉਹਦੀ ਕੋਈ ਕੀਮਤ ਨਹੀਂ, ਚਾਹੇ ਉਹ ਕਿਸੇ ਲਈ ਜਿੰਨੀ ਮਰਜ਼ੀ ਕੀਮਤੀ ਹੋਵੇ, ਤੇਰੇ ਲਈ ਉਹੀ ਗੱਲ ਕੀਮਤੀ ਹੈ ਜਿਹਨੂੰ ਹੁੰਗਾਰਾ ਦਿੰਦਾ। ਤੇ ਹੁੰਗਾਰਾ ਦੇਣ ਦਾ ਮਤਲਬ ਹਾਂਜੀ ਕਹਿਣਾ ਨਹੀਂ, ਸਿਰ ਹਿਲਾਉਣਾ ਨਹੀਂ, ਹੁੰਗਾਰਾ ਅੰਦਰੋਂ ਆਉਂਦਾ ਹੈ, ਅੰਦਰੋਂ। ਤੇ ਚੇਤਾ ਰੱਖਣਾ ਰਵਿਦਾਸ ਮਹਾਰਾਜ ਵਰਗਿਆਂ ਨੂੰ, ਕਬੀਰ ਮਹਾਰਾਜ ਵਰਗਿਆਂ ਨੂੰ, ਨਾਨਕ ਮਹਾਰਾਜ ਵਰਗਿਆਂ ਨੂੰ, ਅਰਜਨ ਮਹਾਰਾਜ ਪਾਤਸ਼ਾਹ ਨੂੰ, ਇਹਨਾਂ ਸਾਰਿਆਂ ਨੂੰ ਹੁੰਗਾਰੇ ਦੇਣ ਵਾਲੇ ਕੋਈ ਆਮ ਬੰਦੇ ਨਹੀਂ ਸਨ। ਉਹ ਵੀ ਬੜੀਆਂ ਕਮਾਲ ਦੀਆਂ ਹਸਤੀਆਂ ਹੀ ਹੋਣਗੀਆਂ। ਇਹਨਾਂ ਨੂੰ ਹੁੰਗਾਰਾ ਦੇਣਾ ਵੀ ਔਖਾ ਹੈ। ਹੁੰਗਾਰਾ ਦੇਣ ਦਾ ਇਕੱਲਾ ਹਾਂਜੀ ਕਹਿਣਾ ਨਹੀਂ, ਮੈਂ ਤੁਹਾਡੇ ਨਾਲ ਹਾਂ ਕਹਿਣਾ ਹੁੰਦਾ, ਮੈਂ ਤੁਹਾਡੇ ਵਰਗਾ ਬਣਨਾ ਹੈ ਕਹਿਣਾ ਹੁੰਦਾ, ਮੈਂ ਤੁਹਾਡੇ ਵਰਗੀਆਂ ਮੁਸੀਬਤਾਂ ਵੀ ਆਉਣ ਝੱਲ ਲੂੰ ਕਹਿਣਾ ਹੁੰਦਾ ਹੈ। ਤੁਹਾਡੇ ਲਈ ਤਵੀ ਹੈ ਤੇ ਮੇਰੇ ਲਈ ਵੀ ਤਵੀ ਹੈ, ਤੁਹਾਡੇ ਲਈ ਦੇਗ ਹੈ ਮੇਰੇ ਲਈ ਵੀ ਦੇਗ ਹੈ, ਤੁਹਾਡੇ ਲਈ ਕੰਡੇ ਹੈ ਮੇਰੇ ਲਈ ਵੀ ਕੰਡੇ ਹੈ, ਤੁਹਾਡੇ ਲਈ ਲੋਕਾਂ ਦਾ ਵਿਰੋਧ ਹੈ ਤੇ ਮੇਰੇ ਲਈ ਵੀ ਵਿਰੋਧ ਹੈ, ਇਹਨੂੰ ਹੁੰਗਾਰਾ ਕਹਿੰਦੇ ਹੈ। ਹੁੰਗਾਰਾ ਤੇ ਗਹਿਰੇ ਤਲ ਤੇ ਸੋਚ ਲੈਣਾ ਕਿਸ ਗੱਲ ਨੂੰ ਹੁੰਗਾਰਾ ਦੇ ਰਹੇ ਹੋ, ਕਿੰਨੀਆਂ ਨੂੰ ਰਿਜੈਕਟ ਕਰ ਦਿੰਦੇ ਹੋ, ਕਿੰਨੀਆਂ ਨੂੰ ਪ੍ਰਵਾਨ ਕਰਦੇ ਹੋ, ਉਹ ਗੱਲਾਂ ਨੋਟ ਕਰੋ। ਤੁਹਾਡਾ ਮਾਈਂਡ ਕਿਹਨੂੰ ਕਿਹਨੂੰ ਹੁੰਗਾਰਾ ਦਿੰਦਾ ਹੈ। ਤੇ ਮਾਫ ਕਰਨਾ, ਅੱਜ ਬਹੁਤੇ ਹੁੰਗਾਰੇ ਗਾਉਣ ਵਾਲਿਆਂ ਨੂੰ ਮਿਲਣ ਗਏ, ਜਿੱਥੇ ਕਬੀਰ ਜੀ ਬੋਲਣਗੇ ਉੱਥੇ ਹੁੰਗਾਰੇ ਨਹੀਂ ਦਿੰਦੇ ਲੋਕ, ਹੱਥ ਜ਼ਰੂਰ ਜੋੜਦੇ ਹੈ, ਸਿਰ ਜ਼ਰੂਰ ਝੁਕਾਉਂਦੇ ਹੈ, ਮੱਥੇ ਜ਼ਰੂਰ ਟੇਕਦੇ ਹੈ, ਪੈਸੇ ਜ਼ਰੂਰ ਚੜਾਉਂਦੇ ਹੈ, ਦੇਗਾਂ ਜ਼ਰੂਰ ਕਰਾਉਂਦੇ ਹੈ, ਪਰ ਮਨ ਹੁੰਗਾਰਾ ਨਹੀਂ ਭਰਦਾ, ਅੰਦਰ ਹੁੰਗਾਰਾ ਨਹੀਂ ਭਰਦਾ। ਤੇ ਜਿੰਨਾ ਚਿਰ ਤੁਸੀਂ ਧੁਰ ਅੰਦਰੋਂ ਹੁੰਗਾਰਾ ਨਹੀਂ ਨਾ ਭਰਦੇ, ਉਹਨਾਂ ਚਿਰ ਉਸ ਗੱਲ ਦੀ ਕੀਮਤ ਹੀ ਨਹੀਂ ਪੈਂਦੀ, ਤੇਰੇ ਲਈ ਤੇ ਨਹੀਂ ਪੈਂਦੀ। ਮੈਂ ਹੁੰਗਾਰਾ ਨਹੀਂ ਭਰਦਾ, ਮੇਰੇ ਲਈ ਕੀਮਤ ਨਹੀਂ, ਗੱਲ ਚਾਹੇ ਜਿੰਨੀ ਮਰਜ਼ੀ ਕੀਮਤੀ ਹੋਵੇ। ਤਾਂ ਕਰਕੇ ਜੇ ਚਾਹੁੰਦੇ ਆ ਭਾਈ ਚੈੱਕ ਕਰਨਾ ਹੈ ਤੇ ਪ੍ਰਚਾਰ ਸਾਰੀ ਜ਼ਿੰਦਗੀ ਚੈੱਕ ਕਰਦਾ ਰਿਹਾ, ਹੁੰਗਾਰੇ ਚੈੱਕ ਕਰਨ ਲੱਗ ਜਾਓ, ਨਜ਼ਾਰਾ ਆ ਜਾਊ। ਫਿਰ ਜਿਹੜੀ ਸੂਈ ਲੋਕਾਂ ਤੇ ਰੱਖਦਾ ਹੈ ਪਰਖਣ ਲਈ, ਉਹ ਫਿਰ ਆਪਣੇ ਆਪ ਤੇ ਰੱਖਣ ਲੱਗ ਜਾਏਗਾ, ਚੈੱਕ ਆਪਣੇ ਆਪ ਨੂੰ ਕਰਨ ਲੱਗ ਜਾਏਗਾ, ਫਿਰ ਆਪਣੇ ਆਪ ਤੇ ਮੀਟਰ ਲੱਗ ਗਿਆ ਚੈੱਕ ਹੋਣ ਵਾਲਾ, ਫਿਰ ਨਜ਼ਾਰਾ ਆਉਣਾ ਹੈ, ਫਿਰ ਚੇਂਜ ਹੁੰਦੀ ਹੈ ਜ਼ਿੰਦਗੀ, ਫਿਰ ਬਦਲਾਵ ਆਉਂਦਾ ਹੈ, ਫਿਰ ਇਨਕਲਾਬ ਵਾਪਰਦਾ ਹੈ। ਮੈਨੂੰ ਨਹੀਂ ਪਤਾ ਬਾਹਰ ਇਨਕਲਾਬ ਆਇਆ ਨਹੀਂ ਆਇਆ, ਕਿੰਨੇ ਆਏ ਜ਼ਿੰਦਗੀ 'ਚ ਕਿੰਨੇ ਨਹੀਂ ਆਏ, ਪਰ ਜਦੋਂ ਅਸੀਂ ਹੁੰਗਾਰੇ ਸੱਚ ਨੂੰ ਭਰਦੇ ਹਾਂ ਤੇ ਸਾਡੀ ਜ਼ਿੰਦਗੀ 'ਚ ਇਨਕਲਾਬ ਹੋਣਾ ਲਾਜ਼ਮੀ ਹੈ, ਸਾਡੀ ਜ਼ਿੰਦਗੀ 'ਚ ਵਾਪਰਦਾ। ਪਰਸਨਲ ਉਹ ਜਿਹੜਾ ਇਨਕਲਾਬ ਵਾਪਰੂ ਬੜਾ ਕਮਾਲ ਦਾ ਹੋ, ਜੋ ਚੇਂਜ ਆਏਗੀ ਬੜੀ ਕਮਾਲ ਦੀ ਹੋਏ। ਤਾਂ ਕਰਕੇ ਜਰਾ ਗਹਿਰੇ ਤਲ ਤੇ ਸੋਚਣਾ ਤੇ ਵੇਖਣਾ ਕਿੱਥੇ ਕਿੱਥੇ ਹੁੰਗਾਰੇ ਦਿੱਤੇ ਆ,
माफ करना जे असी कहीए भी गुरु नानक नूं सिखां ने हुंगारे दित्ते है, जे गुरु नानक पातशाह नूं हुंगारा दित्ता हुंदा ते आ तीर्थां वाला स्ट्रक्चर खड़ा ना करदे सिख। गुरु नानक नूं हुंगारा नहीं, पुजारी नूं हुंगारा दित्ता है। फिर आ नौ नाले कॉन्सेप्ट हुंदे, इह पुजारी नूं हुंगारा है। आ जिन्ना ढांचा चल रहा है इह गुरु नानक नूं हुंगारा हुंदा ते सिख कौम इदां दी नहीं सी होणी। साडे हुंगारे किसे होर नूं ने, गुरबाणी नूं हुंगारा नहीं दे सके। ते भरावो भैणो, जिंदगी विच चेंज आउणी है, खेड़ा आउणा है, हासा आउणा है, खुश खुश रहण दी कला आ जाणी है। सतगुरु होए दयाल तां हर रंग माणी है, जां कहीए लख खुशियां पातशाहियां जे सतगुर नजर करे।